ਹਾਂਜੀ, ਅੱਜ ਆਪਾਂ ਬਣਾ ਰਹੇ ਹਾਂ ਨੈੱਟ ਦੇ ਨਾਲ ਹੈਂਡਵਰਕ ਕਰਾਂਗੇ। ਉਹ ਇਸ ਤਰੀਕੇ ਦੀ ਮੈਂ ਜਿਹੜੇ ਪੀਸ ਨੇ ਉਹ ਕੱਟ ਲਾਂਗੀ, ਜਿੰਨੀਆਂ ਵੀ ਪੈਟਲਸ ਆਪਾਂ ਬਣਾਉਣੀਆਂ ਨੇ। ਆਪਾਂ ਇਹਦੀਆਂ 5 ਪੈਟਲ ਵਾਲਾ ਫਲਾਰ ਬਣਾਵਾਂਗੇ। ਮੀਡੀਅਮ ਨੀਡਲ ਲਈ ਆ ਆਪਾਂ ਨੇ, ਔਰ ਵਾਈਟ ਥਰੈਡ ਫੈਬਰਿਕ ਨਾਲ ਦਾ ਲੱਗੂਗਾ, ਜਿਵੇਂ ਦਾ ਆਪਾਂ ਫੈਬਰਿਕ ਲਾਉਣਾ। ਪਹਿਲਾਂ ਆਪਾਂ ਨੇ ਐਵੇਂ ਪੈਟਲ ਲਈ ਆ, ਆਪਣੇ ਕੋਲ ਐਵੇਂ ਆਉਣਾ ਚਾਹੀਦਾ ਇਹ ਫਲਾਰ, ਠੀਕ ਹੈ। ਇਹਦਾ ਸੈਂਟਰ ਕਰਕੇ ਐਵੇਂ ਆਪਾਂ ਬੈਕ ਸਟਿੱਚ ਟਾਈਪ ਇਹਦੇ ਸਟਿੱਚ ਲਾਉਣੇ ਨੇ, ਇਹ ਇੱਦਾਂ। ਚਾਹੇ ਤੁਸੀਂ ਇਹਨੂੰ ਪਹਿਲਾਂ ਟਰੇਸ ਵੀ ਕਰ ਸਕਦੇ ਹੋ ਵੀ ਇੰਨਾ ਕੁ ਕਰਨਾ ਜਾਂ ਕਿੰਨਾ ਵੀ ਆਪਾਂ ਨੇ ਸਾਈਜ਼ ਰੱਖਣਾ, ਉਹਦੇ ਅਕੋਰਡਿੰਗ ਆਪਾਂ ਇਹਨੂੰ ਟਰੇਸ ਕਰ ਸਕਦੇ ਹਾਂ। ਜਿੰਨਾ ਆਪਾਂ ਨੇ ਇੱਧਰ ਕੱਪੜਾ ਛੱਡਿਆ ਉਨਾ ਹੀ ਇੱਧਰ ਛੱਡਿਆ, ਠੀਕ ਹੈ। ਔਰ ਹੁਣ ਇਹਨੂੰ ਆਪਾਂ ਉੱਪਰੋਂ ਐਵੇਂ ਇਕੱਠਾ ਕਰ ਦਾਂਗੇ। ਹੁਣ ਆਪਾਂ ਨੇ ਉਰੇ ਆ ਜਾਣਾ ਸੈਂਟਰ 'ਚ, ਠੀਕ ਹੈ। ਸੈਂਟਰ 'ਚ ਆ ਕੇ ਇੱਥੋਂ ਆਪਾਂ ਨੇ ਇਹਨੂੰ ਕੱਚਾ ਕਰਨਾ ਸਾਰੇ ਨੂੰ ਸਾਈਡਾਂ ਤੋਂ ਐਵੇਂ। ਠੀਕ ਹੈ, ਉਸ ਤੋਂ ਬਾਅਦ ਇੱਧਰੋਂ ਇੱਧਰ ਆ ਗਿਆ, ਉਸ ਤੋਂ ਬਾਅਦ ਇੱਧਰ ਕਰਨਾ।
ਸਾਰਾ ਆਪਾਂ ਨੇ ਕੱਚਾ ਕਰ ਲਿਆ। ਹੁਣ ਆਪਾਂ ਇਹਨੂੰ ਸਾਰੇ ਥਰੈਡ ਨੂੰ ਆਰਾਮ ਨਾਲ ਖਿੱਚ ਲਾਂਗੇ ਇੱਥੇ, ਠੀਕ ਹੈ। ਖਿੱਚ ਕੇ ਇਹ ਆਪਣਾ ਸਾਰਾ ਇਕੱਠਾ ਹੋ ਜੂਗਾ। ਠੀਕ ਹੈ, ਉਰੇ ਆਪਾਂ ਇਹਨੂੰ ਪੱਕਾ ਕਰਦਾ।